ਸਿਕਾਲ ਜੀ ਸਾਰੇ ਵਾਈਆਂ ਨੂੰ, ਸਾਰੇ ਪੰਜਾਬੀਆਂ ਨੂੰ, ਸਾਰੇ ਬਾਹਰ ਵਸਦੇ ਵੀਰਾਂ ਨੂੰ। ਮੈਂ ਗੱਲ ਕਰਨ ਲੱਗਾ ਇੱਕ ਮੁੱਦੇ ਦੀ, ਆਮ ਆਦਮੀ ਪਾਰਟੀ ਦੇ ਮੁੱਦੇ ਦੀ। ਆਮ ਆਦਮੀ ਪਾਰਟੀ, ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਮੈਂ ਬਹੁਤ ਸੱਚਾਈ ਨਾਲ ਚੱਲਦਾ, ਮੈਂ ਸੱਚ ਬੋਲਦਾ, ਮੈਂ ਕਿਸੇ ਨਾਲ ਉਹ ਨਹੀਂ ਹੋਣ ਦਿੰਦਾ, ਠੱਗੀ ਠੋਰੀ ਆਹ ਨਹੀਂ ਹੋਣ ਦਿੰਦਾ, ਵਾਹ ਨਹੀਂ। ਵੀਰ ਜੀ ਮੇਰੇ, ਮੈਂ ਵੀ ਭਗਵੰਤ ਮਾਨ ਨਾਲ ਰਿਹਾ, ਦੋ ਵਾਰ ਉਹਦਾ ਪੋਲਿੰਗ ਏਜੰਟ ਵੀ ਰਿਹਾ ਭਵਾਨੀਗੜ੍ਹ। ਮੈਂ ਭਵਾਨੀਗੜ੍ਹ ਤੂਰਪੱਤੀ ਤੋਂ ਲੱਖੀ ਮਾਨ ਆ ਬਾਈ ਜੀ। ਬਾਈ ਜੀ ਮੈਂ, ਮੇਰੇ ਨਾਲ ਇੱਕ ਬੰਦਾ ਆਮ ਆਦਮੀ ਪਾਰਟੀ 'ਚ ਹੈ, ਉਹ ਹੁਣ ਉਹਨੂੰ ਇੱਕ ਥੋੜ੍ਹੇ ਦਿਨ ਪਹਿਲਾਂ ਉਹਦਾ ਵੀ ਦੇ ਆ ਭਗਵੰਤ ਮਾਨ ਸਾਹਿਬ ਨੇ। ਉਹ ਬੰਦੇ ਦਾ ਨਾਂ ਹੈ ਰਜਿੰਦਰ ਸਿੰਘ ਗੋਗੀ, ਤੂਰਪੱਤੀ ਤੋਂ ਹੈ। ਉਸ ਬੰਦੇ ਨੇ ਪਹਿਲਾਂ ਇੱਕ ਲੈਟਰੀ ਸਿਸਟਮ ਚਲਾਇਆ, ਉਹ 'ਚ ਲੋਕ ਠੱਗੇ, ਅੱਧੇ ਲੋਕਾਂ ਨੂੰ ਪੈਸੇ ਦੇ ਤੇ, ਅੱਧਿਆਂ ਚੀਜ਼ਾਂ ਦੇ ਤੇ, ਅੱਧਿਆਂ ਦੇ ਰਹਿ ਗਈਆਂ। ਉਸ ਤੋਂ ਬਾਅਦ ਉਹ ਬੰਦੇ ਨੇ ਇੱਕ ਨਵੀਂ ਕੰਪਨੀ ਸਟੋਪ ਗੁਰੂ ਵੀ 6 ਮਹੀਨੇ 'ਚ ਦੁੱਗਣੇ ਪੈਸਿਆਂ ਵਾਲੀ ਚਲਾਈ, ਉਹ 'ਚ ਲੱਖਾਂ ਕਰੋੜਾਂ ਰੁਪਏ ਉਹ ਖਾ ਗਿਆ। ਉਸ ਤੋਂ ਬਾਅਦ ਉਸ ਬੰਦੇ ਨੇ ਪਰਲ ਕੰਪਨੀ 'ਚ ਪੈਸੇ ਜਮ੍ਹਾਂ ਕਰਾਏ, ਹੁਸ਼ਿਆਰੀ ਨਾਲ ਅਗਲੇ ਨੂੰ ਸਾਈਨ ਕਰਵਾ ਲੈਂਦਾ ਸੀ ਅਤੇ ਏਜੰਟ ਵੀ ਅਗਲੇ ਨੂੰ ਇਹ ਬਣਾ ਦਿੰਦਾ ਸੀ ਪੈਸਿਆਂ ਦਾ, ਅਗਲੇ ਦਿਨ ਦਾ। ਅਤੇ ਉਸ ਤੋਂ ਬਾਅਦ ਉਹਨੇ ਸਹਾਰਾ 'ਚ ਵੀ ਬਹੁਤ ਲੋਕਾਂ ਦੇ ਪੈਸੇ ਠੱਗੇ, ਕਰੋੜਾਂ ਰੁਪਈਆ ਖਾ ਗਿਆ ਉਹ ਬੰਦਾ, ਕਰੋੜਾਂ ਤੋਂ ਵੀ ਵੱਧ। ਆਪਣੀ ਕੁੜੀ ਨੂੰ ਸੈੱਟ ਕਰ ਗਿਆ, ਉਹ ਪੀਆਰ ਕਰ ਗਿਆ ਕਨੇਡਾ 'ਚ, ਅਤੇ ਆਪ ਵੀ ਕਨੇਡਾ 'ਚ 2 ਸਾਲ ਲਾਇਆ, ਅਤੇ ਹੁਣ ਆਪਣੀ ਕੋਠੀ ਵੀ ਵੇਚਤੀ ਅਤੇ ਪਲਾਟ ਪਲੂਟ ਸਭ ਕੁਛ ਬਕਾਊ ਕਰ ਰੱਖਿਆ। ਅਤੇ ਜਦੋਂ ਅਸੀਂ, ਮੇਰਾ ਵੀ 10 ਲੱਖ ਰੁਪਈਆ ਉਹ 'ਚ ਮੈਂ ਜ਼ਮੀਨ ਵੇਚ ਕੇ ਰੱਖਿਆ ਸੀ, ਅਤੇ ਜਦੋਂ ਅਸੀਂ ਉਹਨੂੰ ਪੁੱਛਿਆ ਹੁਣ ਵੀ ਸਾਡੇ ਪੈਸਿਆਂ ਦਾ ਕੀ ਬਣਿਆ, ਫਿਰ ਸਾਨੂੰ ਉਹ ਬੰਦਾ ਕਹਿੰਦਾ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ, ਕੌਣ ਹੋ, ਕਿਹੜੇ ਪੈਸੇ, ਕਿੱਥੋਂ ਲਿਆਏ ਸੀ ਤੁਸੀਂ? ਜਦੋਂ ਕਿ ਉਸ ਬੰਦੇ ਨੇ ਮੇਰੇ ਪੈਸੇ 10 ਲੱਖ ਰੁਪਈਆ ਆਪਣੀ, ਉਹਦੀ ਭੈਣ ਵਿਆਹੀ ਹੋਈ ਹੈ ਬਰਨਾਲੇ, ਸੰਗਰੂਰ ਨਹੀਂ ਪਰਲ 'ਚ ਕਰਾਇਆ, ਬਰਨਾਲੇ ਕਰਾਇਆ, ਬਰਨਾਲੇ ਪਰਲ ਕੰਪਨੀ ਦੇ ਦਫ਼ਤਰ 'ਚ ਜਮ੍ਹਾਂ ਕਰਾਇਆ, 10 ਲੱਖ ਰੁਪਈਆ ਮੇਰੇ ਨਾਲ ਕਾਰ 'ਚ ਲੈ ਕੇ ਗਿਆ ਮੇਰੇ ਪੈਸੇ, ਅਤੇ ਮੈਨੂੰ ਹੀ ਏਜੰਟ ਬਣਾਤਾ ਪੈਸਿਆਂ ਦਾ। ਦੇਖੋ ਇੱਦੋਂ ਵੱਡਾ ਠੱਗ ਕੌਣ ਹੋਊਗਾ। ਅਤੇ ਜੇ ਮੈਂ ਹੁਣ ਵਿਰੋਧ ਕਰਿਆ, ਬੀਬੀ ਭਰਾਜ ਨੂੰ ਵੀ ਕਿਹਾ ਵੀ ਇਹ ਬੰਦੇ ਨੂੰ ਪਾਰਟੀ 'ਚੋਂ ਕੱਢਣਾ ਚਾਹੀਦਾ, ਇਹ ਬੰਦੇ ਨੇ ਲੱਖਾਂ ਕਰੋੜਾਂ ਰੁਪਈਆ ਖਾ ਗਿਆ ਲੋਕਾਂ ਦਾ, ਇਹ ਬੰਦਾ ਅੱਗੇ ਕਿਹੜਾ ਆਮ ਆਦਮੀ ਪਾਰਟੀ 'ਚ ਰਹਿਣ ਵਾਲਾ ਬੰਦਾ ਹੈਗਾ? ਜਦੋਂ ਤੁਸੀਂ ਐਡੇ ਐਡੇ ਕੁ ਬੰਦੇ ਨੂੰ ਭਗਵੰਤ ਸਿੰਘ ਮਾਨ ਜੀ ਪਾਰਟੀ 'ਚੋਂ ਨਹੀਂ ਕੱਢ ਸਕਦੇ, ਹਲੇ ਤੁਹਾਡੀ ਕੋਈ ਸਰਕਾਰ ਨਹੀਂ ਆਈ, ਹੋਰ ਨਹੀਂ ਆਈ, ਫਿਰ ਪਤਾ ਨਹੀਂ ਤੁਸੀਂ ਕੱਢੀ ਕੱਢੀਆਂ ਕਰ ਟੱਗੀਆਂ। ਜੇ ਤੁਸੀਂ ਸੱਚੇ ਸੁੱਚੇ ਹੋ ਇਸ ਬੰਦੇ ਨੂੰ ਕਿਉਂ ਨਹੀਂ ਪਾਰਟੀ 'ਚੋਂ ਕੱਢਦੇ? ਕਿਉਂ ਨਹੀਂ ਕਹਿੰਦੇ ਲੋਕਾਂ ਦੇ ਪੈਸੇ ਨਹੀਂ ਦਿੰਦਾ ਇਹ ਬੰਦਾ, ਵੀ ਪੈਸੇ ਦੇ ਭਾਈ ਲੋਕਾਂ ਦੇ, ਜਿਹੜੇ ਤਾਂ ਖਾਧੇ ਨੇ, ਤੇਰੇ ਕੋਲ ਕਰੋੜਾਂ ਰੁਪਈਆ ਪਿਆ, ਇੱਕ ਕੁੜੀ ਹੈ ਤੇਰੀ ਵਿਆਹੀ ਗਈ, ਵੀ ਕਰੋੜਾਂ ਰੁਪਈਆ ਤੂੰ ਰੱਖੀ ਬੈਠੇ ਆ ਬੈਂਕਾਂ 'ਚ, ਬਾਹਰਲੇ ਦੇਸ਼ਾਂ 'ਚ ਭੇਜੀ ਜਾਂਦਾ। ਇਸ ਕਰਕੇ ਮੇਰੀ ਬੇਨਤੀ ਹੈ ਭਗਵੰਤ ਸਿੰਘ ਮਾਨ ਨੂੰ ਵੀ ਇਸ ਬੰਦੇ 'ਤੇ ਕਾਰਵਾਈ ਕੀਤੀ ਜਾਵੇ, ਇਹਦੇ ਅਹੁਦਾ ਵਾਪਸ ਲਿਆ ਜਾਵੇ, ਇਹ ਤੋਂ ਲੋਕਾਂ ਦੇ ਪੈਸੇ ਦਵਾਏ ਜਾਣ ਜਿਹੜੇ ਇਹਨਾਂ ਲੋਕਾਂ ਦੇ ਖਾਧੇ ਨੇ। ਹਾਂਜੀ, ਸਾਰਿਆਂ ਦੇ ਪੈਸੇ ਦਬਾਏ ਜਾਣ। ਅਤੇ ਮੈਂ 3 ਮਹੀਨਿਆਂ ਤੋਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਪੈਂਦਾ, ਕਦੇ ਕਿਤੇ ਦਰਖਾਸਤ ਦਿੰਦਾ, ਕਦੇ ਕਿਤੇ DSP ਸਾਹਿਬ ਨੂੰ, SSP ਸਾਹਿਬ ਨੂੰ ਵੀ, ਅਤੇ ਭਵਾਨੀਗੜ੍ਹ ਥਾਣੇ ਨੂੰ ਵੀ, ਭਵਾਨੀਗੜ੍ਹ DSP ਸਾਹਿਬ ਨੂੰ ਵੀ, ਅਤੇ ਕੋਈ ਕਾਰਵਾਈ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਜੀ ਦੀ ਵੀ ਚਿੱਠੀ ਵੀ ਆ ਗਈ ਕਾਰਵਾਈ ਕਰਨ ਵਾਸਤੇ, ਫਿਰ ਵੀ ਕੋਈ ਕਾਰਵਾਈ ਨਹੀਂ ਕਰੀ ਪੁਲਿਸ ਨੇ ਵੀ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਅਤੇ ਸਾਡੇ ਹਲਕੇ ਦੇ ਜਿਹੜੇ ਵੀ ਮੰਤਰੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮੈਂ ਇੰਨਾ ਡਿਪਰੈਸ਼ਨ 'ਚ ਆਇਆ ਹੋਇਆ, ਮੈਨੂੰ ਕਦੇ ਕਦੇ ਐਂ ਹੁੰਦਾ ਵੀ ਮੈਂ ਆਤਮ ਹੱਤਿਆ ਕਰ ਲਾਂ ਅਤੇ ਆਪਣੇ ਪਰਿਵਾਰ ਨੂੰ ਵੀ ਸਾਰੇ ਨੂੰ ਮਾਰ ਦਾਂ, ਪਰ ਮੈਂ ਫਿਰ ਵੀ ਫਿਰੀ ਜਾਂਦਾ ਹਲੇ, ਪਰ ਅੰਤ ਹੁਣ ਤਾਂ ਅੰਤ ਦਾ ਉਹੀ ਹੈ ਮੇਰਾ, ਇੱਕ ਫਿਰ ਵੀ ਸੁਸਾਈਡ ਹੀ ਕਰਾਂਗੇ ਸਾਰਾ ਪਰਿਵਾਰ। ਅਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਰਜਿੰਦਰ ਸਿੰਘ ਗੋਗੀ ਤੂਰਪੱਤੀ ਹੋਊਗਾ, ਜਿਸ ਨੇ ਸਾਡੇ ਪੈਸੇ ਖਾਧੇ ਨੇ 10 ਲੱਖ ਰੁਪਈਆ, ਅਤੇ ਹੋਰ ਬਹੁਤ ਲੋਕਾਂ ਦੇ ਪੈਸੇ ਖਾਧੇ ਨੇ, ਅਤੇ ਅਸੀਂ ਦਰਖਾਸਤ ਵੀ ਦਈ 18-20 ਜਣਿਆਂ ਨੇ, ਮੈਂ ਇਕੱਲੇ ਨੇ ਨਹੀਂ ਦਿੱਤੀ, ਕੋਈ ਕਾਰਵਾਈ ਨਹੀਂ ਹੋ ਰਹੀ ਪੰਜਾਬ ਪੁਲਿਸ ਦੀ। ਅਤੇ CM ਸਾਹਿਬ ਦੀ ਵੀ ਚਿੱਠੀ ਆ ਗਈ, ਮੈਂ ਜੇ ਕਹਿੰਦਾ ਕਿਸੇ ਅਫਸਰ ਨੂੰ ਵੀ ਉਹਨਾਂ ਦੀ ਚਿੱਠੀ ਵੀ ਆਈ ਆ ਬਸ ਵੀ ਕਾਰਵਾਈ ਵਾਸਤੇ, ਕਹਿ ਦਿੰਦੇ ਨਾ ਕਿਹੜੀ ਚਿੱਠੀ, ਕੋਈ ਗੱਲ ਨਹੀਂ ਸੁਣ ਰਿਹਾ ਮੇਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।